ਦੋਸਤੋ, ਅਗਰ ਅੱਜ ਦੇ ਸਮੇਂ ਵਿੱਚ ਕਿਸੇ ਤੋਂ ਪੁੱਛਿਆ ਜਾਵੇ ਕਿ ਉਸਦੀ ਅੱਜ ਸਭ ਤੋਂ ਵੱਡੀ ਮੁਸ਼ਕਲ ਕੀ ਹੈ, ਤਾਂ ਉਹ ਕਹਿੰਦਾ ਹੈ ਕਿ ਉਸਦਾ ਮਨ ਸ਼ਾਂਤ ਨਹੀਂ ਹੁੰਦਾ। ਇਸੇ ਮਨ ਨੂੰ ਅਸੀਂ ਸ਼ਾਂਤ ਕਿਵੇਂ ਰੱਖ ਸਕਦੇ ਹਾਂ, ਇਸੇ ਨਾਲ ਸੰਬੰਧਿਤ ਅਸੀਂ ਅੱਜ 10 ਅਜਿਹੀਆਂ ਆਦਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਵਿੱਚ ਧਾਰਨ ਕਰਕੇ ਆਪਣੇ ਜੀਵਨ ਵਿੱਚ ਸ਼ਾਂਤੀ ਪ੍ਰਾਪਤ ਕਰ ਸਕਦੇ ਹੋ। ਦੋਸਤੋ, ਇਹਨਾਂ ਆਦਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਵੀਡੀਓ ਨੂੰ ਹੁਣੇ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਵੀਡੀਓ ਦੀ ਭਾਵਨਾ ਵਿੱਚ ਆਪਾਂ ਅਕਸਰ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਹਾਂ। ਤਾਂ ਚਲੋ ਸ਼ੁਰੂਆਤ ਕਰਦੇ ਹਾਂ ਇਹਨਾਂ ਆਦਤਾਂ ਦੀ। ਖੁਦ ਨੂੰ ਅੰਦਰੋਂ ਜਾਣਨਾ ਸ਼ੁਰੂ ਕਰੋ। ਜਿੰਨਾ ਖੁਦ ਨੂੰ ਜਾਣਦੇ ਜਾਵੋਗੇ, ਓਨਾ ਹੀ ਤੁਸੀਂ ਸ਼ਾਂਤੀ ਵੱਲ ਵੱਧਦੇ ਜਾਵੋਗੇ। ਜੋ ਜ਼ਿੰਦਗੀ ਵਿੱਚ ਹੋ ਰਿਹਾ ਹੈ ਉਸਦਾ ਵਿਰੋਧ ਨਾ ਕਰਕੇ ਕਈ ਵਾਰ ਖੁਦ ਨੂੰ ਜ਼ਿੰਦਗੀ ਦੇ ਬਹਾਵ ਨਾਲ ਵੀ ਛੱਡ ਦੇਣਾ ਚਾਹੀਦਾ ਹੈ। ਜਿਵੇਂ ਰੁੱਖ ਪਤਝੜ ਦਾ ਵਿਰੋਧ ਨਹੀਂ ਕਰਦੇ, ਬਲਕਿ ਬਹਾਵ ਨਾਲ ਚੱਲਦੇ ਹੋਏ ਵਕਤ 'ਤੇ ਗੱਲ ਛੱਡਦੇ ਹਨ, ਅਤੇ ਇੰਝ ਅਗਲੇ ਸਮੇਂ ਉਹ ਫਿਰ ਹਰੇ ਹੋ ਜਾਂਦੇ ਹਨ। ਜੋ ਤੁਹਾਡੇ ਹੱਥ ਵਿੱਚ ਨਹੀਂ, ਕਦੇ ਵੀ ਉਸ ਨੂੰ ਬਦਲਣ ਦੀ ਜਿੱਦ ਨਾ ਕਰੋ, ਕਿਉਂਕਿ ਉਹ ਤੁਹਾਡੇ ਬਸ ਵਿੱਚ ਹੀ ਨਹੀਂ, ਇਸ ਲਈ ਤੁਸੀਂ ਉਸ ਨੂੰ ਬਦਲ ਨਹੀਂ ਪਾਵੋਗੇ। ਅਤੇ ਕਿਉਂਕਿ ਤੁਹਾਡੀ ਇੱਛਾ ਪੂਰੀ ਨਹੀਂ ਹੋਈ, ਤੁਸੀਂ ਹੋਰ ਅਸ਼ਾਂਤ ਹੁੰਦੇ ਜਾਵੋਗੇ। ਦੂਸਰੇ ਲੋਕਾਂ ਨੂੰ ਬਦਲਣ ਦੀ ਇੱਛਾ ਨਾਲੋਂ ਖੁਦ ਨੂੰ ਬਿਹਤਰ ਬਣਾਉਣ 'ਤੇ ਜ਼ੋਰ ਲਗਾਓ। ਦੂਜੇ ਤੁਹਾਡੇ ਕਹਿਣ 'ਤੇ ਕਦੇ ਨਹੀਂ ਬਦਲਦੇ, ਪਰ ਤੁਹਾਨੂੰ ਦੇਖ ਕੇ ਜ਼ਰੂਰ ਬਦਲ ਸਕਦੇ ਹਨ। ਸਿਫਤ ਨੂੰ ਸ਼ਿਕਾਇਤ ਤੋਂ ਸਦਾ ਵੱਧ ਅਹਿਮੀਅਤ ਦਈਏ ਤਾਂ ਜ਼ਿੰਦਗੀ ਵਿੱਚ ਜ਼ਿਆਦਾ ਸਕੂਨ ਮਹਿਸੂਸ ਹੁੰਦਾ ਹੈ। ਦੂਜਿਆਂ ਦੀ ਮਦਦ ਕਰੋ ਅਤੇ ਕਦੇ ਵੀ ਦੂਜਿਆਂ ਤੋਂ ਉਸ ਮਦਦ ਦੇ ਬਦਲੇ ਕੋਈ ਉਮੀਦ ਨਾ ਕਰੋ, ਕਿਉਂਕਿ ਉਮੀਦਾਂ ਜ਼ਿਆਦਾਤਰ ਟੁੱਟ ਜਾਂਦੀਆਂ ਹਨ ਅਤੇ ਇਹ ਸਾਨੂੰ ਅਸ਼ਾਂਤੀ ਦਿੰਦੀਆਂ ਹਨ, ਪਰ ਨਿਰਸਵਾਰਥ ਕੀਤੀ ਗਈ ਮਦਦ ਬਹੁਤ ਸਕੂਨ ਦਿੰਦੀ ਹੈ। ਉਹ ਚੀਜ਼ ਪਹਿਚਾਨੋ ਜਿਸ ਨੂੰ ਕਰਦੇ ਸਮੇਂ ਤੁਹਾਨੂੰ ਸਭ ਤੋਂ ਵੱਧ ਸਕੂਨ ਮਿਲਦਾ ਹੈ, ਉਹ ਚੀਜ਼ ਜ਼ਰੂਰ ਕਰੋ। ਇਸ ਚੀਜ਼ ਨੂੰ ਆਪਣੀ ਉਮਰ ਕਰਕੇ ਨਾ ਛੱਡੋ। ਕਈ ਵਾਰ ਕਿਸੇ ਨੂੰ ਬੱਚਿਆਂ ਵਾਲੀ ਕੋਈ ਖੇਡ ਖੇਡਣੀ ਪਸੰਦ ਹੁੰਦੀ ਹੈ ਅਤੇ ਉਹ ਉਮਰ ਜ਼ਿਆਦਾ ਹੋਣ ਕਰਕੇ ਨਹੀਂ ਖੇਡਦੇ, ਇਹ ਗਲਤ ਹੈ। ਅਗਰ ਖੇਡਣ ਨੂੰ ਮਨ ਕਰਦਾ ਹੈ ਤਾਂ ਜ਼ਰੂਰ ਖੇਡੋ, ਇਹ ਚੀਜ਼ ਤੁਹਾਡੇ ਅੰਦਰ ਨਵੀਂ ਜ਼ਿੰਦਗੀ ਭਰ ਦੇਵੇਗੀ। ਖੁਦ ਨੂੰ ਪਿਆਰ ਕਰੋ। ਜਦ ਤੁਸੀਂ ਖੁਦ ਨੂੰ ਪਿਆਰ ਕਰਨਾ ਸਿੱਖ ਗਏ, ਅਸਲ ਵਿੱਚ ਫਿਰ ਹੀ ਦੂਜਿਆਂ ਨੂੰ ਪਿਆਰ ਦੇ ਸਕੋਗੇ, ਕਿਉਂਕਿ ਘੜਾ ਭਰਨ ਦੇ ਬਾਅਦ ਆਪਣੇ ਆਪ ਉਛਲੇਗਾ ਅਤੇ ਆਸ ਪਾਸ ਵੀ ਪਾਣੀ ਵੰਡੇਗਾ। ਕੁਝ ਸਮਾਂ ਇਕੱਲੇ ਬੈਠੋ ਬਿਨਾਂ ਮੋਬਾਈਲ ਦੇ, ਇਸ ਸਮੇਂ ਖੁਦ ਦੀ ਸੰਗਤ ਮਾਣੋ। ਜ਼ਿਆਦਾ ਸੋਚਣ ਦੀ ਬਜਾਏ ਜ਼ਿਆਦਾ ਕਰਨਾ ਸ਼ੁਰੂ ਕਰੋ, ਵਾਲੀਆਂ ਸੋਚਾਂ ਵੀ ਬੰਦੇ ਨੂੰ ਡੁਬੋ ਦਿੰਦੀਆਂ ਨੇ। ਦੋਸਤੋ, ਤੁਸੀਂ ਸੁਣ ਰਹੇ ਸੀ ਜਗਮੀਤ ਸਿੰਘ ਹਠੂਰ ਨੂੰ ਯੂਟਿਊਬ ਚੈਨਲ ਕਲਮ ਪੰਜਾਬ ਦੀ ਤੋਂ। ਅਗਰ ਤੁਹਾਨੂੰ ਇਹ ਆਦਤਾਂ ਚੰਗੀਆਂ ਲੱਗੀਆਂ ਤਾਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਧਾਰਨ ਕਰਨਾ ਅਤੇ ਇਸ ਵੀਡੀਓ ਨੂੰ ਉਹਨਾਂ ਲੋਕਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਤਾਂ ਕਿ ਉਹ ਵੀ ਇਹਨਾਂ ਆਦਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਕੇ ਸ਼ਾਂਤ ਜੀਵਨ ਬਤੀਤ ਕਰ ਸਕਣ। ਦੋਸਤੋ, ਮੈਂ ਫਿਰ ਬਹੁਤ ਜਲਦ ਮਿਲਾਂਗਾ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਅਲਵਿਦਾ, ਸਤਿ ਸ਼੍ਰੀ ਅਕਾਲ। ਦੋਸਤੋ, ਚੰਗੀਆਂ ਕਹਾਣੀਆਂ, ਕਵਿਤਾਵਾਂ ਅਤੇ ਚੰਗੇ ਵਿਚਾਰਾਂ ਵਾਲੀਆਂ ਵੀਡੀਓ ਸੁਣਨ ਲਈ ਸਾਡਾ ਚੈਨਲ ਅੱਜ ਹੀ ਸਬਸਕ੍ਰਾਈਬ ਕਰੋ ਅਤੇ ਅੱਗੇ ਬਣੀ ਹੋਈ ਘੰਟੀ ਨੂੰ ਵੀ ਜ਼ਰੂਰ ਦਬਾ ਦੇਣਾ, ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ।